ਨੈਸ਼ਨ ਆਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ حاضر ਹਾਂ ਦੋਸਤੋ ਨੋਟਾਂ ਨੇ ਪੂਰੇ ਭਾਰਤ ਵਾਸੀਆਂ ਨੂੰ ਚੱਕਰਾਂ ਦੇ ਵਿੱਚ ਪਾਇਆ ਹੋਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਲੋਕ ਏਟੀਐਮ ਦੇ ਬਾਹਰ ਬੈਂਕਾਂ ਦੇ ਬਾਹਰ ਲਾਈਨਾਂ ਦੇ ਵਿੱਚ ਖੜੇ ਹੋਏ ਨੇ ਹੁਣ ਤਾਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਲੋਕ ਆਪਣੀਆਂ ਰਜਾਈਆਂ ਆਪਣੇ ਕੰਬਲ ਚੁੱਕ ਕੇ ਅੱਧੀ ਰਾਤ ਨੂੰ ਏਟੀਐਮ ਦੇ ਬਾਹਰ ਬੈਠ ਜਾਂਦੇ ਨੇ ਕਿਉਂਕਿ ਜਦੋਂ 9:30 ਵਜੇ ਸ਼ਟਰ ਖੁੱਲਦਾ ਏ ਉਸ ਤੋਂ 2 ਘੰਟੇ ਬਾਅਦ ATM ਦੇ ਵਿੱਚੋਂ ਪੈਸੇ ਮੁੱਕ ਜਾਂਦੇ ਨੇ ਲੋਕ ਬੜੇ ਪਰੇਸ਼ਾਨ ਨੇ ਮੋਦੀ ਸਾਹਿਬ ਕਹਿੰਦੇ ਨੇ ਕਿ ਮੈਂ ਬਚਪਨ ਦੇ ਵਿੱਚ ਕੜਕ ਚਾਹ ਬਣਾਉਂਦਾ ਰਿਆ ਇਸ ਕਰਕੇ ਮੈਂ ਹੁਣ ਕੜਕਦਾਰ ਫੈਸਲੇ ਲੈ ਰਿਹਾ ਪਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਮੋਦੀ ਸਾਹਿਬ ਆਪਣੇ ਭਾਈਚਾਰੇ ਦੇ ਕੋਲ ਜਾ ਕੇ ਚਾਹ ਬਣਾਉਣ ਵਾਲਿਆਂ ਦੇ ਕੋਲ ਜਾ ਕੇ ਗੱਲ ਪੁੱਛ ਲੈਣ ਕਿ ਕੀ ਉਹ ਨੋਟਬੰਦੀ ਦੇ ਫੈਸਲੇ ਤੋਂ ਖੁਸ਼ ਨਹੀਂ ਕੀ ਉਹਨਾਂ ਨੂੰ ਇਹ ਕੜਕਦਾਰ ਅੰਦਾਜ਼ ਪਸੰਦ ਆਇਆ ਉਹ ਆਪਣੇ ਆਪ ਹੀ ਸਾਰੀ ਗੱਲ ਦੱਸ ਦੇਣਗੇ ਨਿੱਜੀ ਤੌਰ ਦੇ ਉੱਤੇ ਦੋਸਤੋ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਜਿਹੜੇ ਲੋਕ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਕਾਲੇ ਧਨ ਨਾਲ ਕੋਈ ਸਬੰਧ ਨਹੀਂ ਕੋਈ ਬਿਮਾਰ ਹੈ ਉਨੇ ਆਪਣੇ ਬੱਚਿਆਂ ਦਾ ਉਹਨੇ ਆਪਣੇ ਮਾਪਿਆਂ ਦਾ ਸਕੇ ਸਬੰਧੀਆਂ ਦਾ ਇਲਾਜ ਕਰਵਾਉਣਾ ਤੇ ਹਸਪਤਾਲ ਦੇ ਵਿੱਚ 500 ਤੇ 1000 ਦੇ ਨੋਟ ਪੁਰਾਣੇ ਨਹੀਂ ਚੱਲਦੇ ਨਵੇਂ ਨੋਟ ਲੈਣ ਦੇ ਲਈ ਤੁਹਾਨੂੰ 4500 ਰੁਪਇਆ ਆਪਣਾ ਹੀ ਬਦਲਵਾਉਣ ਦੇ ਲਈ 2 ਤੋਂ ਲੈ ਕੇ 4 ਘੰਟੇ ਕਤਾਰ ਦੇ ਵਿੱਚ ਖੜਨਾ ਪੈਂਦਾ ਕੱਲ ਸਾਡਾ ਇੱਕ ਸੱਜਣ ਨੋਟ ਲੈਣ ਗਿਆ ਸੀ 2 ਘੰਟੇ ਬਾਅਦ ਜਦੋਂ ਉਹਦੀ ਵਾਰੀ ਆਈ ਤਾਂ ਕਹਿੰਦੇ ਲੰਚ ਟਾਈਮ ਹੋ ਗਿਆ ਤੇ ਜਦੋਂ ਲੰਚ ਟਾਈਮ ਸਮਾਪਤ ਹੋਇਆ ਤਾਂ ਕਹਿੰਦੇ ਨੋਟ ਮੁੱਕ ਗਏ ਕਹਿਣ ਦਾ ਭਾਵ ਇਹ ਹੈ ਕਿ ਕਾਲਾ ਧਨ ਜਿੰਨਾ ਕੋਲ ਹੈ ਉਹ ਦੁਖੀ ਨੇ ਉਹ ਸੁਖੀ ਨੇ ਉਹ ਮੌਜਾ ਮਾਣਦੇ ਨੇ ਜਾਂ ਅੰਦਰੋਂ ਉਹ ਪਹਿਲਾਂ ਨਾਲੋਂ ਵੱਧ ਪਰੇਸ਼ਾਨ ਮਹਿਸੂਸ ਹੋਏ ਨੇ ਇਹ ਬਾਦ ਦੀਆਂ ਗੱਲਾਂ ਨੇ ਪਰ ਆਮ ਲੋਕਾਂ ਦਾ ਕਸੂਰ ਕੀ ਹੈ ਪਰ ਰਾਜਨੀਤੀ ਇਸ ਮਾਮਲੇ ਦੇ ਉੱਤੇ ਜ਼ੋਰ ਫੜ ਚੁੱਕੀ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ 97 ਸਾਲਾ ਹੀਰਾਬੇਨ ਉਹ ਵੀ ਗਏ ਨੇ ਬੈਂਕ ਦੇ ਵਿੱਚ ਕਤਾਰ ਦੇ ਵਿੱਚ ਖੜ ਕੇ 4500 ਰੁਪਇਆ ਉਹਨਾਂ ਨੇ ਬਦਲਵਾਇਆ ਏ ਤੇ ਵਿਰੋਧੀ ਪਾਰਟੀਆਂ ਨੇ ਇਹ ਗੱਲ ਕਹੀ ਹੈ ਕਿ ਇੱਕ ਬੁੱਢੀ ਮਾਂ ਨੂੰ ਕਤਾਰ ਦੇ ਵਿੱਚ ਖੜ ਕੇ ਮੋਦੀ ਹੋਰੀ ਸਿਆਸਤ ਕਰ ਰਹੇ ਨੇ ਜਦੋਂ ਪੁੱਤ ਜਵਾਨ ਹੋਵੇ ਤਾਂ ਮਾਂ ਨੂੰ ਕਿਹੜੀ ਗੱਲੋਂ ਖੱਜਲ ਕੀਤਾ ਜਾ ਰਿਹਾ ਸਭ ਦੇ ਆਪੋ ਆਪਣੇ ਵਿਚਾਰ ਨੇ ਇਹ ਤਾਂ ਅਸੀਂ ਦੇਖੀਏ ਕਿ ਬਤੌਰ ਨਾਗਰਿਕ ਮਾਤਾ ਨੂੰ ਕਤਾਰ 'ਚ ਖੜਨਾ ਚਾਹੀਦਾ ਸੀ ਤਾਂ ਇਹ ਚੰਗੀ ਗੱਲ ਹੈ ਪਰ ਜਦੋਂ ਪੁੱਤ ਠੀਕ ਹੋਵੇ ਤੇ ਸਾਰਾ ਕੁਝ ਸਰਦਾ ਪੁੱਜਦਾ ਹੋਵੇ ਉਸ ਵਕਤ ਬਜ਼ੁਰਗਾਂ ਨੂੰ ਤਕਲੀਫ ਦੇਣੀ ਬਹੁਤੀ ਚੰਗੀ ਗੱਲ ਵੀ ਨਹੀਂ ਸਭ ਦੇ ਵਿਚਾਰ ਜਿਵੇਂ ਅਸੀਂ ਪਹਿਲਾਂ ਗੱਲ ਕਹੀ ਆ ਆਪੋ ਆਪਣੇ ਨੇ ਪਰ ਖਬਰ ਦਾ ਵੀਰਵਾ ਕੀ ਕਹਿੰਦਾ ਉਹਦਾ ਜ਼ਿਕਰ ਇਸ ਤਰੀਕੇ ਨਾਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 97 ਸਾਲਾ ਮਾਤਾ ਹੀਰਾ ਬੇਨ ਨੇ ਗਾਂਧੀ ਨਗਰ ਦੇ ਵਿੱਚ ਆਪਣੇ ਪਿੰਡ ਦੀ ਬੈਂਕ ਵਿੱਚ ਜਾ ਕੇ ਆਮ ਲੋਕਾਂ ਵਾਂਗ ਨੋਟ ਬਦਲਵਾਏ ਨੇ। ਰਾਜਸ탄 ਪਿੰਡ ਵਿੱਚ ਸਥਿਤ ओरिएंटਲ ਬੈਂਕ ਆਫ ਕਮਰਸ ਦੇ ਵਿੱਚ ਹੀਰਾ ਬੇਨ व्हीਲਚੇਅਰ ਉੱਤੇ ਪਹੁੰਚੀ ਸਵੇਰ ਦੇ ਵਕਤ ਜਦੋਂ ਉਹ ਬੈਂਕ ਵਿੱਚ ਪੁੱਜੀ ਤਾਂ ਉਸ ਦੇ ਨਾਲ ਉਸ ਦੇ ਸਕੇ ਸੰਬੰਧੀ ਸਨ। ਉਹਨਾਂ ਨੇ 4500 ਰੁਪਏ ਮੁੱਲ ਦੇ ਪੁਰਾਣੇ ਨੋਟ ਬਦਲ ਕੇ ਇੰਨੇ ਹੀ ਮੁੱਲ ਦੇ ਨੋਟ ਲਏ। 500 ਰੁਪਏ ਦਾ ਨੋਟ ਲੈ ਕੇ ਆਈ ਹੀਰਾ ਬੇਨ ਨੇ ਲੋੜੀਂਦੀ ਪ੍ਰਕਿਰਿਆ ਪੂਰੀ ਕਰਦੇ ਹੋਏ ਫਾਰਮ ਭਰਵਾਇਆ। ਉਸ ਉੱਤੇ ਅੰਗੂਠੇ ਦਾ ਨਿਸ਼ਾਨ ਲਵਾਇਆ ਤੇ ਆਪਣੇ ਰੁਪਏ ਬਦਲਵਾਏ ਗਾਂਧੀ ਨਗਰ ਦੇ ਬਾਰੀ ਹਿੱਸੇ ਰਾਏ ਸੀਨ ਦੇ ਵਿੱਚ ਹੀਰਾਬੇਨ ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਮੋਦੀ ਦੇ ਨਾਲ ਰਹਿੰਦੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਆਪਣਾ 4000 ਰੁਪਇਆ ਤਬਦੀਲ ਕਰਵਾਉਣ ਦੇ ਲਈ ਜਦੋਂ ਕਤਾਰ ਦੇ ਵਿੱਚ ਖੜੇ ਸੀ ਤਾਂ ਉਸ ਵਕਤ ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇਹ ਤਾਂ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਇਹ ਕੋਈ ਵਧੀਆ ਗੱਲ ਨਹੀਂ ਇਹ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਕਾਂਗਰਸੀ ਇਹ ਗੱਲ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਮਾਤਾ ਨੂੰ ਕਤਾਰ ਦੇ ਵਿੱਚ ਖੜੀ ਕਰਕੇ ਫੇਰ ਰਾਜਨੀਤੀ ਕੀਤੀ ਹੈ ਇਹਦੇ ਬਾਬਤ ਕੀ ਕਹੋਗੇ ਇਹਦੇ ਨਾਲ ਮਿਲਦੀ ਜੁਲਦੀ ਖਬਰ ਦੋਸਤੋ ਇਹ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕਿਉਂਕਿ ਇੱਕ ਬੈਂਕ ਤੋਂ ਪੈਸੇ ਕਢਵਾ ਕੇ ਸਬੰਧਤ ਬੰਦਾ ਦੂਜੀ ਤੇ ਚਲਾ ਜਾਂਦਾ ਦੂਜੀ ਤੋਂ ਕਢਵਾ ਕੇ ਤੀਜੀ ਵਿੱਚ ਚਲਾ ਜਾਂਦਾ ਜਿਹਦੇ ਕਰਕੇ ਕਤਾਰਾਂ ਲਗਾਤਾਰ ਲੰਮੀਆਂ ਹੋ ਰਹੀਆਂ ਨੇ ਇਸ ਕਰਕੇ ਇਹ ਯੋਜਨਾ ਬਣਾਈ ਗਈ ਹੈ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਵਿਅਕਤੀ 4500 ਰੁਪਇਆ ਬਦਲਵਾਉਣ ਆਏਗਾ ਉਹਦੀ ਉਂਗਲ ਦੇ ਉੱਤੇ ਸਿਆਹੀ ਦਾ ਨਿਸ਼ਾਨ ਲਾਇਆ ਜਾਏਗਾ ਉਹ ਸਿਆਹੀ ਜਿਹੜੀ ਕਿ ਵੋਟਾਂ ਦੇ ਮੌਕੇ ਵੋਟਰਾਂ ਦੀ ਉਂਗਲ ਦੇ ਉੱਤੇ ਲਾਈ ਜਾਂਦੀ ਹੈ ਇਹ ਇੱਕ ਨਵੀਂ ਤਰ੍ਹਾਂ ਦਾ ਫੈਸਲਾ ਹੈ ਤੇ ਇੱਥੇ ਵੀ ਦੱਸਣਾ ਬਣਦਾ ਕਿ ਅੱਜ ਸੰਸਦ ਦਾ ਸਰਦ ਰੁੱਤ اجلاس ਸ਼ੁਰੂ ਹੋ ਚੁੱਕਿਆ ਹੈ ਅੱਜ ਦੇ ਬਾਬਤ ਪਹਿਲਾਂ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਕੋਈ ਸੱਟਾ ਨਹੀਂ ਨਿਕਲਿਆ ਇਸ ਵਾਰ ਕਾਂਗਰਸ ਦੇ ਵੱਲੋਂ ਸਮਾਜਵਾਦੀ ਪਾਰਟੀ ਦੇ ਵੱਲੋਂ ਭੋਜਨ ਸਮਾਜ ਪਾਰਟੀ ਦੇ ਵੱਲੋਂ ਤੇ ਜਿਹੜੇ ਵੀ ਖੇਤਰੀ ਦਲ ਨੇ ਛੋਟੇ ਜਾਂ ਵੱਡੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਘਿਰਨ ਦੇ ਲਈ ਤਿੰਨ ਚਾਰ ਮੁੱਦੇ ਚੁੱਕੇ ਗਏ ਨੇ ਸਭ ਤੋਂ ਪਹਿਲਾਂ ਨੋਟਬੰਦੀ ਦਾ ਮੁੱਦਾ ਹੋਏਗਾ ਫਿਰ ਤਿੰਨ ਤਲਾਕ ਦੇ ਮਾਮਲੇ ਦੇ ਉੱਤੇ ਕੇਂਦਰ ਨੂੰ ਘਿਰਿਆ ਜਾਏਗਾ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇੱਕ ਰੈਂਕ ਇੱਕ ਪੈਨਸ਼ਨ ਦੀ ਕੀਤੀ ਜਾਏਗੀ ਤੇ ਕਹਿੰਦੇ ਨੇ ਕਿ ਸੱਤਾਧਾਰੀ ਧਿਰ ਦੇ ਵੱਲੋਂ ਵੀ ਆਪਣੀ ਪੂਰੀ ਤਿਆਰੀ ਕੀਤੀ ਗਈ ਹੈ ਵਿਰੋਧੀਆਂ ਨਾਲ ਨਜਿੱਠਣ ਦੇ ਲਈ ਨੋਟਬੰਦੀ ਦਾ ਇਹ ਫੈਸਲਾ ਦੋਸਤੋ ਆਮ ਲੋਕਾਂ ਦੇ ਲਈ ਬਹੁਤ ਵੱਡੀ ਆਫਤ ਲੈ ਕੇ ਆਇਆ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਡੇਢ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਨੋਟਬੰਦੀ ਦੇ ਪ੍ਰਭਾਵਾਂ ਕਾਰਨ ਹੋਈ ਹੈ ਤਾਜ਼ਾ ਜਾਣਕਾਰੀਆਂ ਇਹ ਵੀ ਪੰਜਾਬ ਤੋਂ ਪ੍ਰਾਪਤ ਹੋਣ ਲੱਗੀਆਂ ਨੇ ਕਿ ਵਿਆਹ ਸ਼ਾਦੀ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਲੋਕ ਬੜੇ ਪਰੇਸ਼ਾਨ ਨੇ ਮਨ ਲੋ ਕਿਸੇ ਦੀ ਧੀ ਜਾਂ ਪੁੱਤ ਦਾ ਅਗਲੇ ਹਫਤੇ ਵਿਆਹ ਤੇ ਉਹਨਾਂ ਦੇ ਕੋਲ 5 ਲੱਖ ਰੁਪਈਆ ਏ ਉਹਨਾਂ ਨੇ ਕਿਤੋਂ ਵੀ ਇਕੱਠਾ ਕੀਤਾ ਜਾਂ ਆਪਣੇ ਬੈਂਕ ਖਾਤੇ ਦੇ ਵਿੱਚੋਂ ਕਢਵਾ ਲਿਆ ਰਾਤ ਦੇ ਵੇਲੇ ਮੋਦੀ ਸਾਹਿਬ ਨੇ ਨੋਟਾਂ ਦੇ ਉੱਤੇ ਬੈਨ ਲਗਾ ਦਿੱਤਾ ਉਸ ਤੋਂ ਬਾਅਦ ਨਾ ਤਾਂ ਉਹ 5 ਲੱਖ ਰੁਪਈਆ ਸੁਨਿਆਰੇ ਵੱਲੋਂ ਕਬੂਲ ਕੀਤਾ ਜਾਂਦਾ ਨਾ ਹੀ ਮੈਰਿਜ ਪੈਲਸ ਵਾਲੇ ਲੈਂਦੇ ਨੇ ਨਾ ਹਲਵਾਈ ਲੈਂਦੇ ਨੇ ਨਾ ਕੇਟਰਿੰਗ ਵਾਲੇ ਲੈਂਦੇ ਨੇ ਨਾ ਕੱਪੜੇ ਵਾਲੇ ਲੈਂਦੇ ਨੇ ਬੰਦਾ ਬੜਾ ਪਰੇਸ਼ਾਨ ਹੈ ਕਿ ਮੈਂ ਜਾਵਾਂ ਤਾਂ ਕਿੱਥੇ ਜਾਵਾਂ ਆਪਣੇ ਨੋਟ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿਓਗੇ ਕਤਾਰ ਦੇ ਵਿੱਚ ਖੜਕੇ ਪਰ ਫਿਰ ਉਸ ਤੋਂ ਬਾਅਦ ਨਵੀਂ ਸਮੱਸਿਆ ਕਿ ਅਸੀਂ 5 ਲੱਖ ਇਕੱਠਾ ਲੈ ਨਹੀਂ ਸਕਦੇ ਹੁਣ ਤਾਂ ਇਹ ਫੈਸਲਾ ਆਇਆ ਕਿ 24000 ਰੁਪਇਆ ਤੁਸੀਂ ਇੱਕ ਹਫ਼ਤੇ ਦੇ ਵਿੱਚ ਆਪਣੇ ਖਾਤੇ ਚੋਂ ਕਢਵਾ ਸਕਦੇ ਹੋ 2500 ਰੁਪਏ ਤੁਸੀਂ ਇੱਕ ਦਿਨ ਦੇ ਵਿੱਚ ਆਪਣੀ ਏਟੀਐਮ ਦੇ ਵਿੱਚੋਂ ਕਢਵਾ ਸਕਦੇ ਹੋ ਜਦੋਂ ਵਿਆਹਾਂ ਸ਼ਾਦੀਆਂ ਦੇ ਉੱਤੇ ਲੱਖਾਂ ਰੁਪਏ ਦਾ ਖਰਚ ਹੁੰਦਾ ਹੋਵੇ ਤਾਂ 2500 ਰੁਪਇਆ ਜਾਂ 24000 ਰੁਪਇਆ ਹਫ਼ਤੇ ਦਾ ਇਹ ਕਿੰਨੀ ਵੱਡੀ ਰਕਮ ਹੈ ਇਹਦੇ ਨਾਲ ਤਾਂ ਕੁਝ ਵੀ ਨਹੀਂ ਸਮਰਦਾ ਸਰਕਾਰ ਕਹਿੰਦੀ ਹੈ ਕਿ ਤੁਸੀਂ ਚੈੱਕ ਦੇ ਰਾਹੀਂ ਅਦਾਇਗੀ ਕਰੋ ਪਰ ਭਾਰਤ ਦੇ ਵਿੱਚ ਬਹੁਤੇ ਲੋਕਾਂ ਦੇ ਤਾਂ ਬੈਂਕ ਖਾਤੇ ਹੀ ਨਹੀਂ ਤੇ ਚੈੱਕ ਦੇ ਰਾਹੀਂ ਅਦਾਇਗੀ ਕਰਨੀ ਕਾਰਡ ਦੇ ਰਾਹੀਂ ਅਦਾਇਗੀ ਕਰਨੀ ਇਹ ਲੋਕਾਂ ਦੇ ਸੁਭਾਅ ਦਾ ਅੜਤ ਦਾ ਹਾਲੇ ਤੱਕ ਹਿਸਾਬ ਨਹੀਂ ਬਣਿਆ ਇੱਕ ਹੋਰ ਜਾਣਕਾਰੀ ਬੜੀ ਦੁਖਦਾਈ ਪ੍ਰਾਪਤ ਹੋਈ ਹੈ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਬਾਪ ਇਹ ਸਦਮਾ ਸਹਾਰ ਨਹੀਂ ਸਕਿਆ ਕਿਉਂਕਿ ਧੀ ਦਾ ਵਿਆਹ ਅਗਲੇ ਦਿਨਾਂ ਦੇ ਵਿੱਚ ਰੱਖਿਆ ਹੋਇਆ ਸੀ ਨੋਟ 500 ਤੇ 1000 ਦੇ ਸਨ ਸੁਨਿਆਰੇ ਕੋਲੋਂ ਗਹਿਣੇ ਚੱਕਣੇ ਸਨ ਪਰ ਅੱਗੋਂ ਸੁਨਿਆਰੇ ਨੇ ਜਵਾਬ ਦੇ ਦਿੱਤਾ ਕਿ ਹੁਣ ਤਾਂ ਪੁਰਾਣੇ ਨੋਟ ਅਸੀਂ ਲੈਂਦੇ ਨਹੀਂ ਨਵੇਂ ਨੋਟ ਹੈ ਨਹੀਂ ਧੀ ਦੀ ਡੋਲੀ ਕਿਵੇਂ ਉੱਠੇਗੀ ਇਸ ਕਰਕੇ ਫਿਕਰ ਦੇ ਵਿੱਚ ਬਾਪ ਦੀ ਅਰਥੀ ਉੱਠ ਗਈ ਇਸ ਖਬਰ ਦਾ ਸੰਖੇਪ ਦੇ ਵਿੱਚ ਵੇਰਵਾ ਇਸ ਤਰੀਕੇ ਨਾਲ ਕਿ 1000 ਤੇ 500 ਦੇ ਨੋਟਾਂ ਉੱਤੇ ਦੇਸ਼ ਭਰ ਦੇ ਵਿੱਚ ਲਗਾਈ ਗਈ ਪਾਬੰਦੀ ਕਰਕੇ ਲੋਕ ਚੱਕਰਾਂ ਦੇ ਵਿੱਚ ਪਏ ਹੋਏ ਨੇ ਤੇ ਵਿਆਹ ਸ਼ਾਦੀਆਂ ਦੇ ਸਮਾਨ ਲਈ ਲੋਕ ਥਾਂ ਥਾਂ ਤੇ ਭਟਕ ਰਾਇਦੇ ਤਰਨਤਾਰਨ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਕੱਲਾ ਵਿਖੇ ਧੀ ਦੀ ਡੋਲੀ ਨੂੰ ਵਿਦਾ ਕਰਨ ਲਈ ਜੰਝ ਲਈ ਰਾਸ਼ਨ ਤਾਂ ਇਧਰੋਂ ਉਧਰੋਂ ਲੈ ਆਂਦਾ ਗਿਆ ਪਰ ਇੱਕ ਪਿਤਾ ਜਦ ਲੜਕੀ ਨੂੰ ਦੇਣ ਲਈ ਬਣਨੇ ਦਿੱਤੇ ਗਹਿਣੇ ਤੇ ਹੋਰ ਸਮਾਨ ਲੈਣ ਗਿਆ ਤਾਂ ਦੁਕਾਨਦਾਰਾਂ ਨੇ 1000 ਤੇ 500 ਦੇ ਨੋਟ ਲੈਣ ਤੋਂ ਮਨ੍ਹਾ ਕਰ ਦਿੱਤਾ ਗਹਿਣੇ ਨਾ ਮਿਲਣ ਦਾ ਗਮ ਸੁਖਦੇਵ ਸਿੰਘ ਨੂੰ ਇਨਾਂ ਲੱਗਾ ਕਿ ਉਸ ਨੇ ਧੀ ਦੀ ਡੋਲੀ ਉੱਠਣ ਤੋਂ ਪਹਿਲਾਂ ਹੀ ਆਪਣੇ ਸੁਆਸ त्याग ਦਿੱਤੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਸੁਖਦੇਵ ਸਿੰਘ ਦਾ ਕੋਈ ਕਸੂਰ ਨਹੀਂ ਨਾ ਉਹ ਕਾਲੇ ਧੰ ਦੇ ਨਾਲ ਜੁੜਿਆ ਨਾ ਉਹਦੇ ਕੋਲੇ ਕੋਈ ਦੋ ਨੰਬਰ ਦੀ ਕਮਾਈ ਹੈ ਉਹ ਵਿਚਾਰਾ ਇਸ ਗੱਲ ਦੇ ਉੱਤੇ ਝੂਰਦਾ ਜਹਾਨ ਨੂੰ ਅਲਵਿਦਾ ਕਹਿ ਗਿਆ ਕਿ ਮੇਰਾ ਕਸੂਰ ਕੀ ਹੈ ਮੇਰੀ ਧੀ ਦੀ ਡੋਲੀ ਕਿਵੇਂ ਉੱਠੇਗੀ ਕੀ ਮੇਰੀ ਧੀ ਨੂੰ ਅਗਲਾ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਤਾਂ ਨਹੀਂ ਕਰੇਗਾ ਸਮਾਜ ਦੇ ਵਿੱਚ ਮੇਰੀ ਨੱਕ ਦਾ ਕੀ ਬਣੇਗਾ ਇਹ ਸਾਡੇ ਲੋਕਾਂ ਦੀ ਇੱਕ ਵੱਖਰੀ ਕਿਸਮ ਦੀ ਪੀੜਾ ਕਿਉਂਕਿ ਅਸੀਂ ਸਦੀਆਂ ਤੋਂ ਅਸੀਂ ਦਹਾਕਿਆਂ ਤੋਂ ਵਿਆਹਾਂ ਦੇ ਉੱਤੇ ਖਰਚੇ ਕਰਨ ਨਾਲ ਜੁੜੇ ਹੋਏ ਹਾਂ ਹਾਲਾਂਕਿ ਨਿੱਜੀ ਤੌਰ ਤੇ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਵਿਆਹਾਂ ਸ਼ਾਦੀਆਂ ਦੇ ਉੱਤੇ ਫਜ਼ੂਲ ਖਰਚ ਨਹੀਂ ਹੋਣਾ ਚਾਹੀਦਾ ਪਰ ਜਿਹੜੀਆਂ ਰਵਾਇਤਾਂ ਤੁਰੀਆਂ ਆਉਂਦੀਆਂ ਨੇ ਜੋ ਆਰਦਾਤਾਂ ਦਾ ਹਿੱਸਾ ਬਣ ਚੁੱਕੀਆਂ ਨੇ ਗੱਲਾਂ ਉਹ ਇੰਨੀ ਜਲਦੀ ਖਤਮ ਨਹੀਂ ਹੁੰਦੀਆਂ ਸਾਨੂੰ ਸੁਖਦੇਵ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜ਼ਰੂਰ ਹੈ ਪਰ ਹੁਣ ਕਈ ਤਰ੍ਹਾਂ ਦੀ ਟਿਕੜਮਬਾਜ਼ੀ ਸ਼ੁਰੂ ਕਰ ਦਿੱਤੀ ਗਈ ਆ ਆਪਣੀ ਕਾਲੀ ਮਨੀ ਨੂੰ ਆਪਣੇ ਕਾਲੇ ਧਨ ਨੂੰ ਛਟਾ ਕਰਨ ਦੇ ਲਈ ਕਿਉਂਕਿ ਪਤਾ ਲੱਗਾ ਕਿ ਆੜਤੀਆਂ ਦੇ ਵੱਲੋਂ ਆਪਣੇ ਕਰਜ਼ਦਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2.5 ਲੱਖ ਰੁਪਏ ਪਾ ਦਿੱਤਾ ਗਿਆ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਦੇ ਵਿੱਚ ਮਿਲੀ ਪੁਗਤ ਕਈ ਸਿਆਸਤਦਾਨਾਂ ਦੀ ਵੀ ਹੈ ਸੋ ਨਵੇਂ-ਨਵੇਂ ਟੰਗ ਤਰੀਕੇ ਲੱਭੇ ਜਾ ਰਹੇ ਨੇ ਜਲੰਧਰ ਦੀ ਇੱਕ ਬਹੁਤ ਹੀ ਮਸ਼ਹੂਰ ਮਠਿਆਈਆਂ ਦੀ ਦੁਕਾਨ ਹੈ ਜਿਹਦੇ ਬਾਬਤ ਪੂਰੇ ਦੁਆਬੇ ਦੇ ਵਿੱਚ ਚਰਚਾ ਛਿੜਦੀ ਹੈ ਸ਼ਾਇਦ ਉਹ ਪੰਜਾਬ ਦੀ ਸਭ ਤੋਂ ਵੱਡੀ ਦੁਕਾਨ ਵੀ ਹੋਵੇ ਉਹਦੇ ਵੱਲੋਂ ਆਪਣੇ 1000 ਤੋਂ ਵੱਧ ਮੁਲਾਜ਼ਮਾਂ ਨੂੰ ਹਲਵਾਈਆਂ ਨੂੰ 1.5 ਲੱਖ ਰੁਪਈਆ ਖਾਤੇ ਦੇ ਵਿੱਚ ਪਾ ਕੇ 6-6 ਮਹੀਨਿਆਂ ਦੀ ਤਨਖਾਹ ਇਕੱਠੀ ਦੇ ਦਿੱਤੀ ਗਈ ਹੈ ਸੋ ਇਹਦੇ ਨਾਲ ਕਿਸੇ ਗਰੀਬ ਦਾ ਲਾਭ ਵੀ ਹੋਇਆ ਪਰ ਜਿਹਦਾ ਕਾਲਾ ਤਨ ਸੀ ਉਹਨੇ ਨਵਾਂ ਤਰੀਕਾ ਅਪਣਾ ਕੇ ਉਹਨੂੰ ਚਿਟਾ ਕਰ ਲਿਆ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ ਫਿਰ ਇੱਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਐਸਵਾਈਐਲ ਦਾ ਮੁੱਦਾ ਪੰਜਾਬ ਦੇ ਵਿੱਚ ਇਸ ਵਕਤ ਜ਼ੋਰ ਫੜ ਚੁੱਕਿਆ ਆਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਵੱਲੋਂ ਟੱਕ ਲਗਾਇਆ ਗਿਆ ਸੀ ਸਤਲੁਜ ਯਮੁਨਾ ਲਿੰਕ ਨਹਿਰ ਦੇ ਲਈ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਸੰ ਚਾਂਦੀ ਦੀ ਕਹੀ ਫੜ ਕੇ ਟੱਕ ਲਵਾਉਣ ਦੇ ਵਿੱਚ ਅਮਰਿੰਦਰ ਸਿੰਘ ਹੋਰਾਂ ਦਾ ਯੋਗਦਾਨ ਵੀ ਸੀ ਤੰਦਰਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਪਾਣੀਆਂ ਦੀ ਸਹੀ ਅਰਥਾਂ ਵਿੱਚ ਰਾਖੀ ਕੀਤੀ ਜਾਂਦੀ ਤਾਂ ਅੱਜ ਇਹੋ ਜਿਹੇ ਹਾਲਾਤ ਪੈਦਾ ਨਹੀਂ ਸੀ ਹੋਣੇ ਜੇਕਰ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਦੀ ਪੈਰਵੀ ਚੰਗੀ ਤਰ੍ਹਾਂ ਕਰਦੇ ਤਾਂ ਅੱਜ ਪੰਜਾਬ ਦੇ ਪਾਣੀ ਬਾਬਤ ਉਲਟ ਫੈਸਲਾ ਨਹੀਂ ਸੀ ਆਉਣਾ ਤੇ ਮਾਨਯੋਗ ਅਦਾਲਤ ਦੇ ਵੱਲੋਂ ਇਹ ਫੈਸਲਾ ਹਰਿਆਣੇ ਦੇ ਹੱਕ ਵਿੱਚ ਨਹੀਂ ਸੀ ਸੁਣਾਇਆ ਜਾਣਾ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਵਿੱਚ ਇੱਕ ਸਾਈਡ ਦੇ ਉੱਤੇ ਨਜ਼ਰ ਆ ਰਹੀ ਹੈ ਪਰ ਵਿਚ ਵਿਚਾਲੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤੇ ਜਾ ਰਹੇ ਨੇ ਕੱਲ ਐਚਐਸ ਫੂਲਕਾ ਤੇ ਗੁਰਪ੍ਰੀਤ ਸਿੰਘ ਘੁੱਗੀ ਉਰਫ ਵੜੈਚ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਦੋਵਾਂ ਨੇ ਹੀ ਆਪਣੀ ਜ਼ਿੰਮੇਵਾਰੀ ਕਰੇ ਪਾਣੀ ਦੇ ਮਾਮਲੇ ਤੇ ਸਹੀ ਤਰੀਕੇ ਨਾਲ ਨਹੀਂ ਨਿਭਾਈ ਇਸ ਕਰਕੇ ਅੱਜ ਇਹੋ ਜਿਹੇ ਹਾਲਾਤ ਪੈਦਾ ਹੋਏ ਨੇ ਨਾਲ ਹੀ ਇਹ ਵੀ ਖਬਰਾਂ ਪ੍ਰਾਪਤ ਹੋ ਰਹੀਆਂ ਨੇ ਕਿ ਪੰਥਕ ਧਿਰਾਂ ਵੀ ਸੋਚ ਰਹੀਆਂ ਨੇ ਰਾਸ਼ਟਰਪਤੀ ਸਾਹਿਬ ਦੇ ਨਾਲ ਇਸ ਮਾਮਲੇ ਤੇ ਮੁਲਾਕਾਤ ਕੀਤੀ ਜਾਵੇ ਪੰਜਾਬ ਅੱਜ ਦੇ ਲੋਕ ਤਾਂ ਇਸ ਵਕਤ ਨੋਟਾਂ ਦੀ ਉਲਝਣ ਵਿੱਚ ਉਲਝੇ ਹੋਏ ਨੇ ਪਰ ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਿਕ ਧਿਰਾਂ ਦੇ ਜੋ ਲੋਕ ਨੇ ਉਹ ਇਸ ਵਕਤ ਪਾਣੀ ਦੇ ਮਾਮਲੇ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਾਣੀ ਦਾ ਮਾਮਲਾ ਗਰਮਾਏਗਾ ਪਰ ਇਹ ਗਰਮਾਏਗਾ ਪੂਰੀ ਤਰ੍ਹਾਂ ਵੋਟਾਂ ਦੇ ਨੇੜੇ ਜਾ ਕੇ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਹੈ ਕਿ ਇਸ ਵਾਰ ਵੋਟਾਂ ਦਾ ਮਾਮਲਾ ਪਾਣੀ ਨਾਲ ਜੁੜ ਕੇ ਹੀ ਸਾਹਮਣੇ ਆਏਗਾ ਤੇ ਭਾਜਪਾ ਨੂੰ ਇਸ ਗੱਲੋਂ ਪੰਡਿਆ ਜਾਏਗਾ ਕਿ ਉਹਨੇ ਲੋਕਾਂ ਨੂੰ ਆਪਣੀ ਹੀ ਨੋਟ ਕੈਸ਼ ਕਰਵਾਉਣ ਦੇ ਮਾਮਲੇ ਵਿੱਚ 100 ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਐਸਵਾਈਐਲ ਦੇ ਮਾਮਲੇ ਉੱਤੇ ਬਹੁਤ ਸਾਰੀਆਂ ਖਬਰਾਂ ਆਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਖਬਰ ਦਾ ਵੇਰਵਾ ਇਸ ਤਰੀਕੇ ਨਾਲ ਹੈ ਕਿ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਬਾਦਲ ਸਰਕਾਰ ਨੇ ਨਵਾਂ ਮਾਸਟਰ ਸਟ੍ਰੋਕ ਲਾਉਂਦਿਆਂ ਨਾ ਰਹੇਗਾ ਬਾਸ ਤੇ ਨਾ ਵਜੇਗੀ ਬੰਸਰੀ ਵਾਲੀ ਕਹਾਵਤ ਸਹੀ ਸਿੱਧ ਕਰ ਦਿੱਤੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਲੰਘੇ ਕੱਲ ਹੋਈ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਤੁਰੰਤ ਪ੍ਰਭਾਵ ਦੇ ਨਾਲ ਐਸਵਾਈਐਲ ਲਿੰਕ ਨਹਿਰ ਦੀ ਪ੍ਰਾਪਤੀ ਜ਼ਮੀਨ ਜੋ ਇਸ ਵੇਲੇ ਪੰਜਾਬ ਸਰਕਾਰ ਕੋਲ ਹੈ ਨੂੰ ਸਾਰੀਆਂ ਬੰਦਸ਼ਾਂ ਤੋਂ ਮੁਕਤ ਕਰਦੇ ਹੋਏ ਡੀ ਨੋਟੀਫਾਈ ਕਰ ਦਿੱਤਾ ਗਿਆ ਜਿਸ ਨਾਲ ਹੁਣ ਇਹ ਜ਼ਮੀਨ ਬਿਨਾਂ ਕਿਸੇ ਲਾਗਤ ਤੋਂ ਇਸ ਦੇ ਅਸਲ ਮਾਲਕਾਂ ਇਸ ਦੇ ਕਾਨੂੰਨੀ ਮੈਂਬਰਾਂ ਦੇ ਸਪੁਰਦ ਕੀ ਨਾ ਸਕੀਗੀ ਸਿੰਚਾਈ ਤੇ ਮਾਲ ਵਿਭਾਗ ਦੇ ਅੰਕੜਿਆਂ ਮੁਤਾਬਕ 2000 ਦੇ ਕਰੀਬ ਕਿਸਾਨ ਪਰਿਵਾਰਾਂ ਨੂੰ ਜ਼ਮੀਨ ਵਾਪਸ ਹੋਏਗੀ ਇਸ ਤੋਂ ਇਲਾਵਾ ਦੋਸਤੋ ਇਹ ਵੀ ਪਤਾ ਲੱਗਾ ਹੈ ਕਿ ਖੱਟਰ ਸਰਕਾਰ ਨੇ ਜੋ ਕਿ ਹਰਿਆਣਾ ਦੀ ਸਰਕਾਰ ਹੈ ਉਹਦੇ ਵੱਲੋਂ ਐਸਵਾਈਐਲ ਦੇ ਮਾਮਲੇ ਉੱਤੇ ਸਰਬਪਾਰਟੀ ਮੀਟਿੰਗ ਸੱਦੀ ਗਈ ਹੈ 17 ਤਰੀਕ ਨੂੰ ਯਾਨੀ ਕਿ ਪਲਕੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਐਸਵਾਈਐਲ ਦੇ ਮੁੱਦੇ ਉੱਤੇ ਪੰਜਾਬ ਕਾਂਗਰਸ ਰਾਸ਼ਟਰਪਤੀ ਨੂੰ ਮਿਲੇਗੀ ਤੇ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਸੁਪਰੀਮ ਕੋਰਟ ਲੋ ਬਾਦਲਾਂ ਦੇ ਖਿਲਾਫ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਖਬਰ ਦੇ ਉਤੇ ਟਿੱਪਣੀ ਕਰਦੇ ਆਂ ਦੋਸਤੋ ਅੱਸੀ ਇਹ ਗੱਲ ਕਹਾਂਗੇ ਪਾਣੀ ਮਨੁੱਖ ਦੀ ਸਭ ਤੋਂ ਵੱਡੀ ਲੋੜ ਹੈ ਤੇ ਜੇਕਰ ਪਾਣੀ ਕੀ ਦਾ ਬਚੇਗਾ ਤਾਂ ਅਸੀਂ ਖੁਦ ਕਿਵੇਂ ਬਚਾਂਗੇ ਇਹ ਗੱਲ ਸਿਰਫ ਰਾਜਨੀਤਿਕ ਤੌਰ ਦੇ ਉੱਤੇ ਨਹੀਂ ਸਗੋਂ ਇਨਸਾਨੀ ਤੌਰ ਦੇ ਉੱਤੇ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਆਪਣੇ ਫਰਜ਼ਾਂ ਦੇ ਤੌਰ ਦੇ ਉੱਤੇ ਵੀ ਸਾਨੂੰ ਵਿਚਾਰਨੀ ਚਾਹੀਦੀ ਹੈ ਪਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਅੱਜ ਜਦੋਂ ਅਸੀਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੋਵਾਂਗੇ ਚੈਨਲ ਦੇ ਉੱਤੇ ਉਸ ਵਕਤ ਤੱਕ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਹਾਲਤ ਦੇ ਵਿੱਚ ਸੱਦਿਆ ਗਿਆ ਸੈਸ਼ਨ ਸਮਾਪਤ ਹੋ ਚੁੱਕਾ ਹੋਏਗਾ ਇਸ ਸੈਸ਼ਨ ਦੇ ਵਿੱਚ ਕੁਝ ਅਹਿਮ ਗੱਲਾਂ ਐਸਵਾਈਐਲ ਦੇ ਮੁੱਦੇ ਦੇ ਉੱਤੇ ਕਰਨ ਦੇ ਬਾਬਤ ਪਹਿਲਾਂ ਹੀ ਤਿਆਰੀ ਕੀਤੀ ਗਈ ਹੈ ਪਰ ਕਾਂਗਰਸ ਦੇ ਵੱਲੋਂ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਸੀਂ ਇਸ ਸੈਸ਼ਨ ਦਾ ਹਿੱਸਾ ਨਹੀਂ ਬਣਨਾ ਕਿਉਂਕਿ ਉਹਨਾਂ ਨੇ ਆਪਣੀ ਅਸਤੀਫੇ ਦੇ ਦਿੱਤੇ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਇਸ ਸੈਸ਼ਨ ਦਾ ਏਜੰਡਾ ਪੇਸ਼ ਕਰੋ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜੋ ਵੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੋਗੇ ਕੀ ਉਹ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਤੇ ਭਾਜਪਾ ਨੂੰ ਕਬੂਲ ਹੋਏਗਾ ਜਾਂ ਤੁਸੀਂ ਸਿਰਫ ਤੇ ਸਿਰਫ ਡਰਾਮੇਬਾਜ਼ੀ ਕਰ ਰਹੇ ਹੋ ਸੋ ਸਭ ਤੋਂ ਵੱਡੀ ਖਬਰ ਇਹ ਹੀ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਵਾਪਸ ਮਿਲੇਗੀ ਪਰ ਇਹ ਜ਼ਮੀਨ ਵਾਪਸ ਮਿਲਣ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਘਟਣਗੀਆਂ ਜਾਂ ਵਧਣਗੀਆਂ ਇਹ ਵਕਤ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਤਾਂ ਇਹਦੇ ਪਿੱਛੇ ਇਹ ਹੈ ਕਿ ਹਰਿਆਣੇ ਦੀ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਫਰਵਰੀ ਤੱਕ ਖੱਟਰ ਸਰਕਾਰ ਨੇ ਕੁਝ ਨਾ ਕੀਤਾ ਤਾਂ ਅਸੀਂ ਪੰਜਾਬ ਦੇ ਵਿੱਚ ਜਾ ਕੇ ਕਈਆਂ ਚੁੱਕ ਕੇ ਨਹਿਰ ਇਹ ਖੁਦ ਪੱਟਣੀ ਸ਼ੁਰੂ ਕਰ ਦੇਣੀ ਹੈ ਸਰਬੱਤ ਖਾਲਸਾ ਦੇ ਮਾਮਲੇ ਉੱਤੇ ਦੋਸਤੋ ਹੁਣ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸਾਰੀਆਂ ਹੀ ਪੰਥਕ ਧਿਰਾਂ ਦੇ ਵੱਲੋਂ ਇੱਕ ਮੰਚ ਦੇ ਉੱਤੇ ਇਕੱਠਾ ਹੋ ਕੇ ਇਹ ਐਲਾਨ ਕੀਤਾ ਗਿਆ ਕਿ ਅਸੀਂ ਇਸੇ ਚਾਲੂ ਮਹੀਨੇ ਦੇ ਵਿੱਚ ਨਵਾਂ ਇਕੱਠ ਕਰਾਂਗੇ ਆਪਾਂ ਜਾਣਦੇ ਹਾਂ ਕਿ 10 ਨਵੰਬਰ ਨੂੰ ਇਹ ਇਕੱਠ ਹੋਣਾ ਸੀ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਭਾਗੀ ਵਾਂਦਰ ਦੇ ਵਿੱਚ ਪਰ ਕਈ ਕਾਰਨ ਆਏ ਜਿਦੇ ਵਿੱਚ ਖਾਸ ਤੌਰ ਤੇ ਪੁਲਿਸ ਦੀ ਸ਼ਕਤੀ ਸਰਕਾਰ ਦੇ ਵੱਲੋਂ ਇਸ ਇਕੱਠ ਨੂੰ ਦਬਾਉਣ ਦੀ ਇੱਛਾ ਤੇ ਪੰਥਕ ਧਿਰਾਂ ਦੇ ਵਿੱਚ ਆਪਸੀ ਤਾਲਮੇਲ ਦੀ ਘਾਟ ਇਹਨਾਂ ਤਿੰਨਾਂ ਗੱਲਾਂ ਦੇ ਕਰਕੇ 10 ਨਵੰਬਰ ਵਾਲਾ ਸਰਬੱਤ ਖਾਲਸਾ ਸਫਲ ਨਹੀਂ ਹੋ ਸਕਿਆ ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਆ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਇਹ ਸਰਬੱਤ ਖਾਲਸਾ ਬੁਲਾਇਆ ਜਾਏਗਾ ਨਨਕਾਣਾ ਸਾਹਿਬ ਦੇ ਵਿੱਚ ਇਹ ਇਕੱਠ ਸੱਦਿਆ ਜਾਏਗਾ ਇਹ ਇਕੱਠ ਸੱਦਿਆ ਕਦੋਂ ਜਾਏਗਾ ਕੀ ਇਹ ਇਕੱਠ ਸਫਲ ਹੋਏਗਾ ਕੀ ਪੰਜਾਬ ਦੇ ਵਿੱਚ ਜਾਂ ਕਿਸੇ ਲਾਗਲੇ ਹੋਰ ਸੂਬੇ ਦੇ ਵਿੱਚ ਇਹ ਇਕੱਠ ਨਹੀਂ ਸੱਦਾ ਜਾ ਸਕਦਾ ਇਹ ਕਈ ਤਰ੍ਹਾਂ ਦੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਚਰਚਾ ਕਰਨੀ ਬਣਦੀ ਹੈ ਪਰ ਖਬਰ ਦਾ ਵੇਰਵਾ ਜੋ ਪ੍ਰਾਪਤ ਹੋਇਆ ਉਹਦਾ ਜ਼ਿਕਰ ਇਸ ਤਰੀਕੇ ਨਾਲ ਹੈ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਬੀਤੀ ਰਾਤ ਹੋਏ ਸਮਾਗਮ ਵਿੱਚ ਗਰਮਖਿਆਲੀ ਜਥੇਬੰਦੀਆਂ ਦੇ ਆਗੂਆਂ ਨੇ ਸਿੱਖ ਕੌਮ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਸਰਬੱਤ ਖਾਲਸਾ ਸੱਦਣ ਦਾ ਸੱਦਾ ਦਿੱਤਾ ਹੈ ਦੇਰ ਸ਼ਾਮ ਤੱਕ ਚੱਲੇ ਇਸ ਸਮਾਗਮ ਦੇ ਵਿੱਚ ਦਲ ਖਾਲਸਾ ਅਖੰਡ ਕੀਰਤਨੀ ਜਥਾ ਆਈ ਐਸ ਵਾਈ ਐਫ ਸਿੱਖ ਫੈਡਰੇਸ਼ਨ ਤੇ ਹੋਰ ਜਥੇਬੰਦੀਆਂ ਦੇ ਆਗਮਾਂ ਨੇ ਸੰਬੋਧਨ ਕੀਤਾ ਆਪਣੇ ਸੰਬੋਧਨ ਦੌਰਾਨ ਗਰਮ ਖਿਆਲੀ ਆਗਮਾਂ ਨੇ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖਾਲਸਾ ਨੂੰ ਪੰਜਾਬ ਸਰਕਾਰ ਵੱਲੋਂ ਰੋਕੇ ਜਾਣ ਦੀ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਉਹਨਾਂ ਨੇ ਆਖਿਆ ਕਿ ਭਵਿੱਖ ਵਿੱਚ ਸਰਬੱਤ ਖਾਲਸਾ ਨਨਕਾਣਾ ਸਾਹਿਬ ਦੇ ਵਿੱਚ ਸੱਜਿਆ ਜਾਵੇ ਇਹ ਸੁਰੱਖਿਅਤ ਸਥਾਨ ਹੈ ਤੇ ਸਾਰੀ ਦੁਨੀਆ ਦੇ ਸਿੱਖ ਨਮਾਇंदे ਵੀ ਇੱਥੇ ਇਕੱਠੇ ਹੋ ਸਕਦੇ ਨੇ ਇੱਥੇ ਕੌਮੀ ਹਿੱਤ ਲਈ ਸਹੀ ਫੈਸਲੇ ਹੋਣਗੇ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ ਸੁਣਾਏ ਗਏ ਫੈਸਲੇ ਦੇ ਬਾਬਤ ਵੀ ਆਪੋ ਆਪਣੇ ਵਿਚਾਰ ਇਸ ਮੌਕੇ ਤੇ ਪੇਸ਼ ਕੀਤੇ ਗਏ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਅਸੀਂ ਸੰਖੇਪ ਦੇ ਵਿੱਚ ਇਹ ਗੱਲ ਕਹਾਂਗੇ ਕਿ ਸਰਬੱਤ ਖਾਲਸਾ ਨਨਕਾਣਾ ਸਾਹਿਬ ਦੇ ਵਿੱਚ ਸੱਦਣਾ ਕੋਈ ਛੋਟੀ ਗੱਲ ਨਹੀਂ ਇਹ ਬੜਾ ਮੁਸ਼ਕਲ ਭਰਿਆ ਕਾਰਜ ਹੈ ਕਿਉਂਕਿ ਜਦੋਂ ਵੀ ਅਸੀਂ ਦੇਖਦੇ ਆਂ ਕਿ ਗੁਰਪੁਰਬ ਦੇ ਮੌਕੇ ਜੱਥੇ ਨੇ ਪਾਕਿਸਤਾਨ ਜਾਣਾ ਹੁੰਦਾ ਹੈ ਦੁਨੀਆ ਭਰ ਦੇ ਵਿੱਚੋਂ ਲੋਕ ਪਾਕਿਸਤਾਨ ਦੇ ਵਿੱਚ ਜਾਣਾ ਚਾਹੁੰਦੇ ਨੇ ਨਨਕਾਣਾ ਸਾਹਿਬ ਦੇ ਵਿੱਚ ਉਦੋਂ ਵੀ ਅੱਧਾਂ ਕਦੇ ਵੀਜ਼ੇ ਲੱਗਦੇ ਨੇ ਅੱਧਾਂ ਕਦੇ ਵੀਜ਼ੇ ਰਹਿ ਜਾਂਦੇ ਨੇ ਸੋ ਜੇਕਰ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਇਕੱਠ ਸੱਦਣ ਦੀ ਗੱਲ ਕਰਦੇ ਆਂ ਤਾਂ ਕੀ ਸਭ ਨੂੰ ਵੀਜ਼ਾ ਮਿਲ ਜਾਏਗਾ ਕੀ ਅਸੀਂ ਉੱਥੇ ਆਪਣੀ ਗੱਲ ਕਹਿ ਕੇ ਆਪਣਾ ਪ੍ਰਭਾਵ ਦੇਸ਼ ਦੁਨੀਆ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕਾਂਗੇ ਇਹ ਸਭ ਤੋਂ ਵੱਡੀਆਂ ਚੁਣੌਤੀਆਂ ਤੇ ਸਭ ਤੋਂ ਵੱਡੇ ਸਵਾਲ ਨੇ ਜਿਨ੍ਹਾਂ ਦੇ ਬਾਬਤ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸਿਰ ਜੋੜ ਕੇ ਵਿਚਾਰ ਕਰਨ ਦੀ ਜ਼ਰੂਰਤ ਹੈ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਲਈ ਇੱਕ ਛੋਟੀ ਜਿਹੀ ਬ੍ਰੇਕ ਖਬਰਾਂ ਦੇ ਸਪਲਿਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ ਵਿੱਚ ਪਾਗ ਲੈ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੇ ਇਹਨੇ ਸਾਲਾਂ ਚ ਟੀਵੀ ਸੈੱਟ ਬਦਲ ਸਕਦਾ ਹੈ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮੇਸ਼ਾ ਟੀਵੀ ਲੈ ਕੇ ਆਇਆ ਉਹ ਚੇਂਜ ਮੈਂ ਹਾਂ ਜੁਗਰਾਜ ਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦਿੰਦੇ ਆ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾ ਕਤਨਾਵਾ ਧਾਰਮਿਕ ਜਾਂ ਇਤਿਹਾਸਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਹਾਂ ਹਰਮਨ ਸਿੰਘ ਤੇ ਤਵਾ ਜਨੇ ਅਸੀਂ ਲਾਉਨੇ ਆ ਕੋਈ ਨਹੀਂ ਲਾਉਂਦਾ ਮੈਂ ਪਿਰਤੀਪਾਲ ਸਿੰਘ ਸੋਹੀ ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਕਸਰਾ ਲਾਈਟਸ ਕੈਮਰਾ ਐਕਸ਼ਨ ਐਂਟਰਟੇਨਮੈਂਟ ਬਿਯੋਂਡ ਮਾਰਟੀਨੇਸ਼ਨ ਮੇਰੇ ਕੋਲ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੇ ਰਾਜ਼ ਕਿਉਂਕਿ ਟੈਂਸ਼ਨਸ ਐਂਡ ਸਟ੍ਰੈਸ ਤੋਂ ਦੂਰ entertainment week ਚਾਈ ਦੇ ਹਜ਼ੂਰ ਮੈਂ ਹਾਂ ਸਵਰਨ ਸਿੰਘ ਪਹਿਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਤੇ ਹਰ ਖਬਰ ਵਿੱਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵੇ ਲਾ ਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ہم دیں گے اپ کو آگاہی سرحد پار کے معاملات کی ہندوستان اور پاکستان کے ان پرائم پاکستان میں دویندر سنگھ بانی پال ਤੁਹਾਡੀ کچاری وچ ਤੁਹਾਡੇ جذباتاں نو سوال بنا کے پیش کرداں اپنے مہمان آ کے اسی دے نهاں ਤੁਹਾਡੇ جذباتاں نو آواز محنت ادا کاراں دی مشہوری ٹی وی تے اخباراں دی کرونا لا کے فلم بنی پر تسی ویکھ سکدے ہو جے نہیں دساں گی میں Kusum پرائم ریویو وچ میں سپن منچتاں دا ਖਬਰਾਂ ਦੀ ਵਧਾਵਾਂਗੇ ਰਫ਼ਤਾਰ ਫਿਲਮ ਇੰਡਸਟਰੀ ਦੀ ਵੀ ਲਾਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ ਅੰਗਰੇਜ਼ ਤੇ ਅਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖਟਕਰ ਲੈ ਕੇ ਆਈ ਨੀ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ ਮੇਸ਼ਾ ਟੀਵੀ ਤੁਹਾਡੇ ਸਹਿਯੋਗ ਨਾਲ ਇੱਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ ਵਿਆਹੁਤਾ ਜ਼ਿੰਦਗੀ ਦੇ ਵਿੱਚ ਤਾਲਮੇਲ ਆਪਸੀ ਸਮਝੌਤਾ ਆਪਸੀ ਸਮਝ ਯਾਨੀ ਕਿ ਦੋਨਾਂ ਜਣਿਆਂ ਨੂੰ ਇੱਕੋ ਸੋਚ ਦੇ ਧਾਰਨੀ ਜ਼ਰੂਰ ਹੋਣਾ ਪੈਂਦਾ ਜਦੋਂ ਵੀ ਕਿਤੇ ਅਸੀਂ ਲੀਪ ਪਾੜ ਕੇ ਚੱਲਦੇ ਹਾਂ ਤਾਂ ਵਿਆਹੁਤਾ ਜ਼ਿੰਦਗੀ ਦੇ ਵਿੱਚ ਟਕਰਾਅ ਪੈਦਾ ਹੁੰਦੀ ਹੈ ਤੇ ਜਦੋਂ ਇੱਕ ਵਾਰ ਟਕਰਾਅ ਪੈਦਾ ਹੋ ਗਈ ਤੇ ਬਾਅਦ ਦੇ ਵਿੱਚ ਪਹਿਲਾਂ ਵਾਲੀ ਗੱਲ ਬਣਨੀ ਬੜੀ ਮੁਸ਼ਕਲ ਹੋ ਜਾਂਦੀ ਹੈ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਦੋਸਤੋ ਇਹ ਆ ਤੁਸੀਂ ਕਿਸੇ ਵੀ ਵਕੀਲ ਦੇ ਕੋਲੇ ਜਾ ਕੇ ਬੈਠੋ ਇੱਕ ਦੋ ਘੰਟੇ ਉਹ ਦੱਸਦੇ ਨੇ ਕਿ ਸਾਡੇ ਕੋਲ ਜਿੰਨੇ ਵੀ ਤਲਾਕ ਦੇ ਕੇਸ ਕੁੱਲ ਆਉਂਦੇ ਨੇ ਉਹਦੇ ਵਿੱਚੋਂ ਬਹੁਤੇ ਕੇਸ 3 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਵਿੱਚ ਆ ਜਾਂਦੇ ਨੇ ਯਾਨੀ ਕਿ 3 ਮਹੀਨੇ ਪਹਿਲਾਂ ਜਿਨ੍ਹਾਂ ਦਾ ਵਿਆਹ ਹੋਇਆ ਉਹ ਵੀ ਤਲਾਕ ਚਾਹੁੰਦੇ ਨੇ ਤੇ ਜਿਨ੍ਹਾਂ ਦਾ ਵਿਆਹ 1 ਸਾਲ ਤੋਂ ਪਹਿਲਾਂ ਪਹਿਲਾਂ ਹੋਇਆ ਹੁੰਦਾ ਉਹ ਬਹੁ ਗਿਣਤੀ ਜੋੜੇ ਆਉਂਦੇ ਨੇ ਸਮਝਣ ਦੀ ਲੋੜ ਇਹ ਆ ਕਿ ਇਹਦੇ ਪਿੱਛੇ ਕਾਰਨ ਕੀ ਆ ਵੱਡਾ ਕਾਰਨ ਇਹ ਆ ਕਿ ਸਾਡੇ ਅੰਦਰ ਸਹਿਣਸ਼ੀਲਤਾ ਘਟ ਚੁੱਕੀ ਆ ਅਸੀਂ ਪੜ੍ਹ ਲਿਖ ਜ਼ਰੂਰ ਗਏ ਆ ਪਰ ਜ਼ਿੰਦਗੀ ਦੇ ਮੂਲ ਤੋਂ ਵਿਛੜਦੇ ਜਾ ਰਹੇ ਆ ਅਸੀਂ ਜ਼ਮੀਨੀ ਹਕੀਕਤਾਂ ਤੋਂ ਅਸੀਂ ਨੈਤਿਕ ਕਦਰਾਂ ਕੀਮਤਾਂ ਤੋਂ ਪਾਸਾ ਵੱਟ ਚੁੱਕੇ ਆ ਪਹਿਲੇ ਵੇੜਿਆਂ ਦੇ ਵਿੱਚ ਮੰਨ ਲਓ ਮੀਆਂ ਬੀਵੀ ਦੀ ਆਪਸ ਵਿੱਚ ਲੜਾਈ ਹੁੰਦੀ ਸੀ ਤਾਂ ਨਾ ਕੋਈ ਮੋਬਾਈਲ ਹੁੰਦੇ ਸਨ ਨਾ ਕੋਈ ਈਮੇਲ ਹੁੰਦੀ ਸੀ ਨਾ ਕੋਈ ਵਟਸਐਪ ਹੁੰਦਾ ਸੀ ਲੜ ਪਏ 2-4 ਦਿਨ ਦੇ ਵਿੱਚ ਗੱਲ ਖਤਮ ਹੋ ਗਈ ਤੇ ਮਹੀਨੇ ਬਾਅਦ ਜਦੋਂ ਮਾਪੇ ਪਤਾ ਲੈਣ ਆਉਂਦੇ ਸਨ ਤਾਂ ਗੱਲ ਪਹਿਲਾਂ ਵਰਗੀ ਆਮ ਜਿਹੀ ਹੁੰਦੀ ਸੀ ਹੁਣ ਇਧਰਲੇ ਪਾਸੇ ਲੜਾਈ ਹੋ ਰਹੀ ਹੁੰਦੀ ਹੈ ਤੇ ਨਾਲ ਦੇ ਕਮਰੇ ਦੇ ਵਿੱਚ ਰਿਕਾਰਡਿੰਗ ਹੋ ਰਹੀ ਹੁੰਦੀ ਹੈ ਇਧਰ ਲੜਾਈ ਚੱਲ ਰਹੀ ਹੁੰਦੀ ਹੈ ਤੇ ਕੁੜੀਆਂ ਦੇ ਵੱਲੋਂ ਆਪਣੇ ਮਾਪਿਆਂ ਨੂੰ ਫੋਨ ਲਾ ਕੇ ਲੜਾਈ ਦੀਏ ਸਾਰੇ ਰੂਪ ਆ ਜਿਹੜੇ ਉਹ ਪੇਸ਼ ਕੀਤੇ ਜਾਂਦੇ ਆ ਜਾਂ ਤੁਰੰਤ ਹੀ ਖਬਰ ਅੱਗੇ ਤੋਂ ਅੱਗੇ ਪਹੁੰਚਾਈ ਜਾਂਦੀ ਹੈ ਜੀਦੇ ਕਰਕੇ ਬਹੁਤ ਵੱਡੇ ਪੱਧਰ ਤੇ ਤਕਰਾਰੀਆਂ ਬੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਤਕਰਾਰ ਕਿਸੇ ਦੇ ਵੀ ਨਾ ਹੋਵੇ ਪਰ ਕਿਉਂਕਿ ਇਹ ਖਬਰਾਂ ਨੇ ਖਬਰਾਂ ਦਾ ਸੰਸਾਰ ਅਵੱਲਾ ਏ ਤੇ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਨਾਲ ਜੁੜੀਆਂ ਹੋਈਆਂ ਖਬਰਾਂ ਜਦੋਂ ਪ੍ਰਾਪਤ ਹੁੰਦੀਆਂ ਨੇ ਤਾਂ ਉਹਨਾਂ ਦੇ ਉੱਤੇ ਦੁੱਖ ਵੀ ਕੁਦਰਤੀ ਹੁੰਦਾ ਹੈ ਇਹੋ ਜਿਹਾ ਦੁੱਖ ਦੀ ਇੱਕ ਖਬਰ ਪ੍ਰਾਪਤ ਇਸ ਕਰਕੇ ਹੋਈ ਹੈ ਕਿਉਂਕਿ ਡੇਢ ਕ ਮਹੀਨਾ ਪਹਿਲਾਂ ਤਾਂ ਮੁੰਡੇ ਕੁੜੀ ਦੀ ਲਵ ਮੈਰਿਜ ਹੋਈ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਸਿੰਘ ਫਸ ਗਏ ਸਿੰਘ ਵੀ ਇੰਨੇ ਕਸੂਤੇ ਫਸੇ ਇੰਨੀ ਕ ਜਿਆਦਾ ਲੜਾਈ ਹੋਈ ਇੰਨੀ ਕ ਜਿਆਦਾ ਹਿੰਸਕ ਵਾਰਦਾਤ ਵਾਪਰ ਗਈ ਕਿ ਮੁੰਡੇ ਨੇ ਕੁੜੀ ਦੇ ਪੇਟ ਦੇ ਵਿੱਚ ਗੋਲੀ ਮਾਰ ਦਿੱਤੀ ਬਾਅਦ ਦੇ ਵਿੱਚ ਘੰਟਾ ਸਵਾ ਘੰਟਾ ਉਹ ਕੁੜੀ ਨੂੰ ਆਪਣੀ ਕਾਰ ਦੇ ਵਿੱਚ ਘੁਮਾਉਂਦਾ ਰਿਹਾ ਤੇ ਫਿਰ ਇੱਕ ਹਸਪਤਾਲ ਦੇ ਮੂਹਰੇ ਸੁੱਟ ਕੇ ਉਥੋਂ ਫਰਾਰ ਹੋ ਗਿਆ ਇਸ ਖਬਰ ਦਾ ਵੇਰਵਾ ਇਸ ਤਰੀਕੇ ਨਾਲ ਹੈ ਕਿ ਪ੍ਰੇਮ ਵਿਆਹ ਤੋਂ ਬਾਅਦ ਤਲਾਕ ਨੂੰ ਲੈ ਕੇ ਨਵ ਵਿਆਹੇ ਜੋੜੇ ਦਰਮਿਆਨ ਚੱਲ ਰਹੇ ਤਕਰਾਰ ਨੇ ਉਸ ਵਕਤ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਕਾਰ ਵਿੱਚ ਸਵਾਰ ਪਤੀ ਨੇ ਆਪਣੀ ਪਤਨੀ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ ਪੀਜੀਆਈ ਚੰਡੀਗੜ੍ਹ ਦੇ ਵਿੱਚ ਜ਼ੇਰੇ ਇਲਾਜ ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਘਟਨਾ ਬੀਤੀ ਰਾਤ ਚੰਡੀਗੜ੍ਹ ਅੰਬਾਲਾ ਕੌਮੀ ਸੜਕ ਦੇ ਉੱਤੇ ਡੇਰਾ ਬੱਸੀ ਫਲਾਈਓਵਰ ਦੇ ਉੱਤੇ ਵਾਪਰੀ ਹੈ ਪੁਲਿਸ ਨੇ ਫਰਾਰ ਪਤੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਮੁਤਾਬਕ 28 ਸਾਲਾ ਰੀਨਾ ਸ਼ਰਮਾ ਵਾਸੀ ਜੀਨ हरियाणा ਦੀ ਲਵ ਮੈਰਿਜ 1.5 ਮਹੀਨਾ ਪਹਿਲਾਂ ਰੋਹਿਤ ਮੰਦੋਕ ਨਾਂ ਦੇ ਇੱਕ ਵਿਅਕਤੀ ਜੋ ਕਿ ਜ਼ਿਰਖਪੁਰ ਦਾ ਹੀ ਰਹਿਣ ਵਾਲਾ ਏ ਉਹਦੇ ਨਾਲ ਹੋਈ ਸੀ ਪੁਲਿਸ ਦੇ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਰੀਨਾ ਨੇ ਇਹ ਦੋਸ਼ ਲਗਾਇਆ ਕਿ ਵਿਆਹ ਤੋਂ ਇੱਕ ਹਫ਼ਤੇ ਬਾਅਦ ਹੀ ਉਸ ਦਾ ਪਤੀ ਰੋਹਿਤ ਉਸ ਨੂੰ ਤਲਾਕ ਦੇ ਮਾਮਲੇ ਤੇ ਤੰਗ ਪਰੇਸ਼ਾਨ ਕਰਨ ਲੱਗ ਗਿਆ ਇਸ ਬਾਰੇ ਉਸ ਨੇ ਬਲਟਾਣਾ ਚੌਂਕੀ ਵਿੱਚ ਸ਼ਿਕਾਇਤ ਵੀ ਕੀਤੀ ਪੁਲਿਸ ਨੇ ਦੋਵਾਂ ਦਰਮਿਆਨ ਰਾਜ਼ੀਨਾਮਾ ਕਰਵਾ ਦਿੱਤਾ ਫਿਰ ਉਹ ਡਿਫੈਂਸ ਕਲੋਨੀ ਵਿੱਚ ਰਹਿਣ ਲੱਗ ਪਏ ਪਰ ਹਾਲਾਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਤੇ ਅੱਜ ਘਟਨਾ ਇਹ ਵਾਪਰ ਗਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਨਿੱਜੀ ਤੌਰ ਦੇ ਉੱਤੇ ਮੇਰੇ ਖਿਆਲ ਇਹ ਨੇ ਕਿ ਪਹਿਲੀ ਗਲਤੀ ਤੁਹਾਡੀ ਲੜਾਈ ਹੋਵੇ ਨਾ ਪਰ ਜੇਕਰ ਤੁਸੀਂ ਇਕੱਠੇ ਰਹਿ ਨਹੀਂ ਸਕਦੇ ਇੱਕ ਛੱਤ ਦੇ ਥੱਲੇ ਰਹਿਣਾ ਹੀ ਨਹੀਂ ਚਾਹੁੰਦੇ ਜੇਕਰ ਤੁਹਾਡੇ ਸਿੰਘ ਫਸੇ ਹੀ ਰਹਿੰਦੇ ਨੇ ਤਾਂ ਪਿਆਰ ਦੇ ਨਾਲ ਵੀ ਵੱਖਰੇ ਹੋਇਆ ਜਾ ਸਕਦਾ ਹੈ ਤੁਸੀਂ ਕਚਹਿਰੀਆਂ ਦੇ ਵਿੱਚ ਤੱਕੇ ਖਾਓ ਤੁਸੀਂ ਥਾਣਿਆਂ ਦੇ ਵਿੱਚ ਜਾ ਕੇ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਵਾਸ਼ੜ ਕਰੋ ਤੁਸੀਂ ਉਹ ਕੁਝ ਕਰੋ ਜਿਹਦੇ ਕਰਕੇ ਤੁਹਾਡਾ ਦੋਵਾਂ ਦਾ ਹੀ ਜੱਗ ਦੇ ਵਿੱਚ ਨੁਕਸਾਨ ਹੋਵੇ ਜੱਗ ਹਸਾਈ ਦੇ ਪਾਤਰ ਬਣੋ ਇਹ ਕੋਈ ਚੰਗੀ ਗੱਲ ਨਹੀਂ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੈ ਕਿ ਇਨ੍ਹਾਂ ਦੋਹਾਂ ਮਾਮਲਿਆਂ ਦੇ ਵਿੱਚ ਕਿਉਂਕਿ ਮੁੰਡੇ ਤੇ ਕੁੜੀ ਦੀ ਨਿੱਜੀ ਜ਼ਿੰਦਗੀ ਦਾ ਇਹ ਫੈਸਲਾ ਹੁੰਦਾ ਹੈ ਇਹਦੇ ਵਿੱਚ ਦੋਹਾਂ ਤਰ੍ਹਾਂ ਦੇ ਮਾਪਿਆਂ ਨੂੰ ਮਹੱਤਵਪੂਰਨ ਰੋਲ ਅਦਾ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਲੰਘੇ ਵੇਲੇ ਦੇ ਵਿੱਚ ਦਹਾਕਿਆਂ ਪਹਿਲਾਂ ਜ਼ਿੰਦਗੀ ਦੇ ਰੂਪ ਹੋਰ ਸਨ ਅੱਜ ਦੇ ਸਮੇਂ ਦੇ ਵਿੱਚ ਰੂਪ ਹੋਰ ਬਣ ਗਏ ਨੇ ਅਸੀਂ ਪੜ੍ਹ ਲਿਖ ਜ਼ਰੂਰ ਗਏ ਆ ਅਸੀਂ ਪੈਸੇ ਕਮਾਉਣ ਲੱਗ ਪਏ ਆ ਸਾਨੂੰ ਚੰਗੀਆਂ ਨੌਕਰੀਆਂ ਮਿਲ ਗਈਆਂ ਅਸੀਂ ਮਾਡਰਨ ਅਖਵਾਉਂਦੇ ਆ ਪਰ ਅਸੀਂ ਨੈਤਿਕ ਕਦਰਾਂ ਕੀਮਤਾਂ ਨਾਲੋਂ ਟੁੱਟਦੇ ਜਾ ਰਹੇ ਹਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਤਲਾਕ ਲੈ ਲਿਆ ਤੇ ਫੇਰ ਹੀ ਅਲੱਗ ਹੋਣਿਆ ਜੇਕਰ ਤੁਸੀਂ ਇੱਕ ਛੱਤ ਦੇ ਥੱਲੇ ਇਕੱਠੇ ਰਹਿੰਦੇ ਹੋ ਆਪਸ ਦੇ ਵਿੱਚ ਬੋਲਦੇ ਨਹੀਂ ਤੁਹਾਡਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਤਾਂ ਇਹ ਵੀ ਇੱਕ ਤਰ੍ਹਾਂ ਦਾ ਤਲਾਕ ਹੀ ਹੈ ਜਦੋਂ ਤੁਸੀਂ ਇਕੱਠੇ ਹੋਣ ਵੇਲੇ ਖੁਸ਼ ਨਹੀਂ ਸਗੋਂ ਇਹ ਮਹਿਸੂਸ ਕਰਦੇ ਆ ਕਿ ਇੱਕ ਦੂਜੇ ਤੋਂ ਖਤਰਾ ਹੀ ਹੈ ਬੁਲਾਇਆ ਨਾ ਜਾਵੇ ਤਾਂ ਇਹ ਵੀ ਤਲਾਕ ਹੀ ਹੈ ਤਲਾਕ ਸਿਰਫ ਕਾਗਜ਼ ਦੇ ਉੱਤੇ ਸਾਈਨ ਕਰਨ ਨਾਲ ਨਹੀਂ ਹੁੰਦਾ ਇਹ ਮਨ ਦੇ ਵਿੱਚ ਬਣੀ ਹੋਈ ਕਿਸੇ ਦੇ ਪ੍ਰਤੀ ਇੱਜ਼ਤ ਹੈ ਸਤਕਾਰ ਹੈ ਉਹ ਜਦੋਂ ਟੁੱਟ ਜਾਂਦਾ ਹੈ ਇੱਕ ਤਰ੍ਹਾਂ ਦਾ ਤਲਾਕ ਹੀ ਹੈ ਸੋ ਇਸ ਘਟਨਾ ਦੇ ਉੱਤੇ ਅਸੀਂ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਆ ਤੇ ਇਹ ਖਬਰ ਬੜਾ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਕਿ ਡੇਢ ਮਹੀਨੇ ਪਹਿਲਾਂ ਵਿਆਹ ਹੋਇਆ ਹੋਵੇ ਤੇ ਬਾਅਦ ਦੇ ਵਿੱਚ ਇੱਕ ਦੂਜੇ ਤੇ ਗੋਲੀਆਂ ਚੱਲੀਆਂ ਹੋਣ ਮਤਲਬ ਇਹਦੇ ਪਿੱਛੇ ਇਹ ਹੈ ਕਿ ਅਸੀਂ ਜਾਂ ਤਾਂ ਫੈਸਲਾ ਨਹੀਂ ਸਹੀ ਲੈਂਦੇ ਤੇ ਜਾਂ ਫਿਰ ਸਾਡੇ ਵਿੱਚ ਸਹਿਣਸ਼ੀਲਤਾ ਮੁੱਕ ਚੁੱਕੀ ਹੈ ਖਬਰਾਂ ਕੁਝ ਹੋਰ ਵੀ ਸਨ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਆਗਿਆ ਤੁਹਾਡੀ ਬਹੁਤ-ਬਹੁਤ ਮਿਹਰਬਾਨੀ